हाँ जी किसान वीरों स्वागत है तुहाड़ा अपने यूट्यूब चैनल बाबा डेयरी फार्म दे जी। अज की वीडियो आप 6 गावं शेर लैके आए जी, 3 गाबड़ा ने ते 2 सूईयां भी। आओ पूछ लेने भाई तेने डिटेल। आज भाई जी, भाई जी सत श्रीकाल। सत श्री अकाल वीर जी। होर भाई जी ठीक हो? वधिया वधिया जी। एन होर वधिया सारे चल। सत भैन भरावां नूं सत श्री अकाल। श्रीकाल जी, काम वधिया चलदा जी? वधिया वधिया जी। नाम ते एड्रेस बोल दो जी। ना जी रिशपाल सिंह, ठीक है जी, पिंड भिंडरकला, ठीक है जी, जिला मोगा, तहसील तहसील धर्मकोट जी। धर्मकोट। हाँ जी ਭਿੰਡਰਕਲਾਂ ਦੇ ਨੇੜੇ ਪਿੰਡ ਕਿਹੜਾ ਰਹਿ ਜਾਂਦਾ ਜੀ? ਨੇੜੇ ਜੀ ਆਪਣੇ ਜਲਾਲਾਬਾਦ ਆ, ਹਾਂਜੀ, ਤੇ ਇੱਧਰ ਹੋ ਗਿਆ ਲੋਹਗੜ੍ਹ, ਹਾਂਜੀ, ਬੈਣੀਵਾਲ, ਹਾਂਜੀ, ਦਾਤਾ, ਠੀਕ ਹੈ ਜੀ, ਇਹ ਸਾਰੇ ਨੇੜੇ ਨੇੜੇ ਪਿੰਡ ਆ ਜੀ। ਓਕੇ ਜੀ, ਮੋਬਾਈਲ ਨੰਬਰ ਬੋਲ ਦਿਓ। ਮੋਬਾਈਲ ਨੰਬਰ 9640 ਠੀਕ ਹੈ ਜੀ। 2856। ਇਹ ਵੀਰ ਦਾ ਕਨੈਕਟ ਨੰਬਰ ਆ, ਹਾਂਜੀ ਬਾਕੀ ਸਕਰੀਨ ਉੱਪਰ ਚੱਲ ਰਿਹਾ, ਪਰ ਨੋਟ ਕਰ ਲਓ ਜੀ। ਬਰੇੜੀ ਸਭ ਤੋਂ ਪਹਿਲੇ ਨੰਬਰ ਤੇ ਬੈਠ ਦੇ ਰਿਹਾ, ਕਿਹੜਾ ਸੂਆ ਸੁਣਦੀ ਆ? ਇਹ ਦੂਜੇ ਸੂਏ ਸੁਣਦੀ ਆ। ਕਿੰਨੇ ਕੁ ਦਿਨ ਲੈਂਦੀ ਆ ਜੀ? 1 ਹਫ਼ਤਾ ਲਈ ਜੀ। 1 ਹਫ਼ਤੇ ਦੀ ਕੱਚੀ ਆ। ਹਾਂਜੀ ਹਾਂਜੀ ਕਿੰਨਾ ਕੁ ਦੁੱਧ ਦੇਊਗਾ ਐਸਟੀਮੇਟ ਜੀ? ਵੀਰ ਜੀ ਉਹਨਾਂ ਨੇ ਦੱਸਿਆ ਸੀਗਾ 16-17 ਕਿਲੋ ਚੋਇਆ ਪਹਿਲੇ ਸੂਏ, ਠੀਕ ਹੈ ਭਾਈ, ਪਰ ਆਪਾਂ ਕੋਈ ਗਾਰੰਟੀ ਨਹੀਂ ਦਿੰਦੇ ਹੁੰਦੇ। ਆਪਾਂ ਰਿਕ ਵੀਡੀਓ ਜੀ ਕਹਿੰਦੇ ਹੁੰਦੇ ਆ, ਠੀਕ ਹੈ ਭਾਈ, ਵੀ ਕੋਈ ਗਾਰੰਟੀ ਨਹੀਂ ਹੁੰਦੀ, ਆਪਾਂ ਆਪਦੇ ਘਰ ਦੀ ਗਾਰੰਟੀ ਦਿੰਦੇ ਹੁੰਦੇ ਆ। ਖੋਲ ਲੈ ਭਾਈ, ਤੋੜ ਕੇ ਦਿਖਾ ਦੇ। ਜਾਤ ਬਰੀਡ ਚੰਗੀ ਆ, ਪ੍ਰਿੰਟ ਵਗੈਰਾ ਚੰਗਾ, ਥਣ ਥੁਣ ਸੋਹਣਾ ਲੱਗਿਆ, ਨਾੜਾਂ ਨੂੜਾਂ ਚੰਗੀਆਂ, ਚਾਰੇ ਥਣ ਭਾਈ ਨਿਕਲਵੇਂ ਪੂਰੇ ਗੈਪ ਤੇ ਆ। ਫੇਸ ਬਿਊਟੀ ਭਾਈ ਬਾ ਕਮਾਲ ਦੀ ਆ, ਬੁੱਧੀ ਬੁੱਧੀ ਚੰਗੀ ਆ, ਸੁਨੱਖੀ ਆ, ਬੈਡ ਦੁੱਧ ਚੰਗਾ ਪਾ ਦੂਗੀ। ਕੀ ਮੁੱਲ ਆ ਭਾਈ ਇਹਦਾ? ਮੁੱਲ ਤਾਂ ਜੀ ਜੇ ਹੁਣ ਹਿਸਾਬ ਨਾਲ ਬਾਜ਼ਾਰ ਦਾ ਤਾਂ ਉਵੇਂ ਆ, ਆਪਾਂ ਇਹ ਲੈਣ ਦੇਣ ਵਾਲਾ ਹੀ ਕਰਨਾ ਜੀ, ਉਹ 'ਚ ਛੋੜ ਹੀ ਹੋਣੀ, 45,000 ਦੀ ਵੱਛੀ ਦੇ ਦਾਂਗੇ। ਠੀਕ ਆ ਭਾਈ, ਮੋੜ ਲਿਆ। 45,000 ਰੁਪਇਆ ਵੀਰ ਨੇ ਮੁੱਲ ਰੱਖਿਆ, ਬਾਕੀ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜਾਊਗਾ। ਚੰਗੀ ਆ ਭਾਈ ਵੱਛੀ, ਸਮੀ ਭਲੀ ਆ, ਰਾਜੀ ਆ, ਸੁਨੱਖੀ ਆ, ਪ੍ਰਿੰਟ ਵਗੈਰਾ ਚੰਗਾ, ਦੁੱਧ ਚੰਗਾ ਪਾ ਦੂਗੀ। ਜਾਤ ਬਰੀਡ ਕਰਨੀ ਹੋ ਭਾਈ ਕੋਈ ਘਾਟ ਨਹੀਂ, ਅਤੇ ਤੋਰ ਵਗੈਰਾ ਪੂਰੀ ਚੰਗੀ ਆ ਬਾਈ। ਆਰਡਰ ਦੀਆਂ ਬਲਟਲਾਂ ਦੱਸਦੀਆਂ, ਆਰਡਰ ਸੋਹਣਾ ਤਿਆਰ ਕਰੂੰ, ਹਜੇ ਦਿਨ ਲੈਂਦੀ ਆ, ਉਦੋਂ ਆਰਡਰ ਦੀ ਕੁਆਲਿਟੀ ਨੇ ਬਾ ਕਮਾਲ ਦੀ ਤਿਆਰ ਕਰ ਲੈਣੀ ਆ, ਨੇੜ ਤੋਂ ਜ਼ਰੂਰ ਚੈੱਕ ਕਰਵਾਵਾਂਗੇ। ਆਦੇ ਸਾਨੂੰ ਬਲਟਲਾਂ ਚੈੱਕ ਕਰ ਲਓ ਜੀ, ਬਹੁਤ ਪਈਆਂ ਨੇ, ਸਾਰੀਆਂ ਬਲਟਲਾਂ ਕੱਢ ਕੇ ਫੇਰ ਸੋਹਣਾ ਥਾਣ ਥੁਣ ਬਹੁਤ ਉਵੇਂ ਠੰਡੀ ਸੀ ਲੈ ਜਿਵੇਂ ਮਰਜ਼ੀ ਕੋਈ ਹੱਥ ਲਾਈ, ਹਾਂ ਲੈ ਬਾਈ ਜਿਵੇਂ ਬਾਕੀ ਇਹ ਢਿੱਲਾ ਢੁੱਲਾ ਬਹੁਤ ਆ ਜੀ, ਢਿੱਲਾ ਢੁੱਲਾ ਬਹੁਤ ਪਈਆਂ, ਸਾਰੀਆਂ ਬਲਟਲਾਂ ਕੱਢ ਕੇ ਪੂਰਾ ਟੌਪ ਦਾ ਆਰਡਰ ਤਿਆਰ ਕਰਨਾ ਬਾਈ। ਅੱਗੇ ਬਾਈ 2 ਨੰਬਰ ਦੇ ਦੋ ਨੰਬਰ ਇਹ ਜਰਸੀ ਹੈ ਜੀ, ਦੂਜੇ ਸੂਹੇ ਸੋਣੀ ਆ। ਕਿੰਨੇ ਕੁ ਦਿਨ ਲੈਂਦੀ ਹੈ ਜੀ? ਇਹ 5-4 ਦਿਨ ਹੀ ਲਊ ਜੀ। ਠੀਕ ਹੈ ਜੀ, ਹਾਂਜੀ ਹਾਂਜੀ। ਕਿੰਨਾ ਕੁ ਦੁੱਧ ਦਿੱਤਾ ਇਹਨੇ? ਦੁੱਧ ਜੀ ਉਹਨਾਂ ਨੇ ਦੱਸਿਆ ਗਿਆ 11-12 ਕਿਲੋ ਪਹਿਲੇ ਸੂਹੇ ਦੱਸਿਆ ਜੀ। ਠੀਕ ਹੈ ਬਾਈ, ਤੇ ਬਾਕੀ ਜੀ ਆਪਾਂ ਗਾਰੰਟੀ ਨਹੀਂ ਕੋਈ ਦਿੰਦੇ ਹੁੰਦੇ, ਹੋ ਸਕਦਾ ਚੁਆ ਦੇ 15-16 ਚੁਆ ਜੇ, ਹਾਂਜੀ ਹਾਂਜੀ, ਉਹ ਅਗਲੇ ਦੀ ਸੇਵਾ ਦੇ ਸਿਰ ਤੇ ਹੈ। ਠੀਕ ਹੈ ਬਾਈ, ਖੋਲ ਲਓ, ਤੋੜ ਕੇ ਦਿਖਾ ਦਿਓ ਜੀ। ਜਾਤ ਬਰੀਡ ਚੰਗੀ ਆ, ਜਰਸੀ ਨਸਲ 'ਚ ਪੈਂਦੀ ਆ, ਫੇਸ ਬਿਊਟੀ ਬਾ ਕਮਾਲ ਦੀ ਆ, ਰੰਗ ਰੂਪ ਚੰਗਾ, ਥਣ ਥੁਣ ਸੋਹਣਾ ਲੱਗਿਆ, ਚਾਰੇ ਥਣਵੇ ਨਿਖੜਵੇਂ ਪੂਰੇ ਗੈਪ ਤੇ ਆ, ਮੁੱਠੀ ਵਾਲਾ ਥਣ ਲੱਗਿਆ, ਬਾਕੀ ਤੋਰ ਵਗੈਰਾ ਬੈਠਦੀ ਬਹੁਤ ਚੰਗੀ ਆ, ਦੁੱਧ ਵਾਕਈ ਚੰਗਾ ਪਾ ਦੂਗੀ, ਤੇ ਢਿੱਲਾ ਢੁੱਲਾ ਦੱਸਦੀ ਆਰਡਰ ਹੋਰ ਵੀ ਸੋਹਣਾ ਤਿਆਰ ਕਰੂਗੀ ਜੀ। ਤੇ ਕੀ ਮੁੱਲ ਆ ਬਾਈ ਇਹਦਾ? ਇਹ ਜੀ ਲੈਣ ਦੇਣ ਵਾਲੀ ਆਪਾਂ 42,000 ਦੀ ਵੱਛੀ ਦੇ ਦਾਂ। 42,000 ਰੁਪਇਆ ਮਾਨਦਾਨ ਹੋ ਜੂ ਵਿੱਚ? ਹੋ ਜੂ ਜੀ, ਹੋ ਜੂ। ਠੀਕ ਹੈ ਜੀ, 42,000 ਰੁਪਇਆ ਵੀਰ ਨੇ ਮੁੱਲ ਰੱਖਿਆ, ਬਾਕੀ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜੂ। ਚੰਗੀ ਆ ਬੈਡ, ਥਣ ਲੇਵਾ ਸੋਹਣਾ ਤਿਆਰ ਕਰਦੀ ਆਉਂਦੀ ਆ, ਦਿਨ ਹਜੇ ਲੈਂਦੀ ਆ, ਆਰਡਰ ਦੀ ਕੁਆਲਿਟੀ ਨੇ ਹੋਰ ਵੀ ਜ਼ਿਆਦਾ ਵਧੀਆ ਬਣਾ ਲੈਣੀ ਆ। ਨੇੜ ਤੋਂ ਆਰਡਰ ਚੈੱਕ ਕਰ ਲਓ ਬਾਈ, ਬਲਟਲਾਂ ਦਾ ਉਵੇਂ ਠੰਡੀ ਸੀ ਲੈ ਜਿਵੇਂ ਮਰਜ਼ੀ ਕੋਈ ਹੱਥ ਉੱਤ ਲਈ। ਆ ਲੈ ਬਾਈ, ਪੂਰੀ ਠੰਡੀ ਸੀ, ਥਣ ਥੁਣ ਬਹੁਤ ਵਧੀਆ ਲੱਗਾ, ਥਣ ਬਹੁਤ ਆ, ਮੁੱਠੀ ਵਾਲਾ ਥਣ, ਠੰਡੀ ਸੀਲ ਪੂਰੀ ਆ, ਚੰਗੀ ਆ, ਰੰਗ ਰੂਪ ਵੀ ਚੰਗਾ ਗਾ। ਤੇ ਅੱਗੇ ਬਾਈ 3 ਨੰਬਰ ਤੇ ਕਿਹੜਾ ਸੂਆ ਸੁਣਦੀ ਇਹ? ਦੂਜੇ ਸੂਏ ਵੱਛੀ ਸੁਣਦੀ ਹੈ ਜੀ। ਕਿੰਨੇ ਕੁ ਦਿਨ ਲੈਂਦੀ ਹੈ? ਇਹ ਲੈ ਹੋਈ ਜੀ ਅਜੇ 1 ਹਫ਼ਤਾ ਲੈ ਜੀ। 1 ਹਫ਼ਤੇ ਦੀ ਕੱਚੀ ਆ? ਹਾਂਜੀ ਹਾਂਜੀ। ਠੀਕ ਆ ਬਾਈ, ਕਿੰਨਾ ਕੁ ਦੁੱਧ ਦਿੱਤਾ ਨੇ ਪਿਛਲੇ ਸੂਏ? ਉਹਨਾਂ ਨੇ ਜੀ ਪਿਛਲੇ ਸੂਏ ਦਾ ਦੱਸਿਆ ਜੀ 17-18 ਕਿਲੋ। 17-18 ਲੀਟਰ। ਹਾਂਜੀ, ਜੇ ਇਸ ਹਿਸਾਬ ਨਾਲ ਜਿਵੇਂ ਮੌਸਮ ਹੁਣ ਚੇਂਜ ਹੋ ਰਿਹਾ, ਠੀਕ ਹੈ ਜੀ, ਇਹਦਾ 20-22 ਕਿਲੋ ਚਾਹੀਦਾ ਜੀ, ਹੱਕ ਬਾਕੀ ਅਗਲੇ ਦੀ ਸੇਵਾ ਦੇ ਸਿਰ ਤੇ। ਠੀਕ ਆ ਬਾਈ, ਖੋਲ ਲਓ, ਤੋੜ ਕੇ ਦਿਖਾ ਦਿਓ ਜੀ। ਕੱਦ ਬਾਈ ਜਿੰਨਾ ਕਹਿ ਦੋ ਉਨਾ ਉੱਚਾ ਲੰਮਾ, ਜਾਤ ਬਰੀਡ ਵੱਛੀ ਤੇ ਬਹੁਤ ਆ, ਫੇਸ ਬਿਊਟੀ ਬਾ ਕਮਾਲ ਦੀ ਆ, ਕੰਨ ਕੁੰਨ ਛੋਟਾ ਗਾ, ਤੇ ਥਣ ਤਾਂ ਬਾਈ ਬਾ ਕਮਾਲ ਦਾ ਲੱਗਿਆ ਵਾ, ਸੋਹਣਾ ਥਣ ਬਾਈ, ਮੁੱਠੀ ਵਾਲਾ ਥਣ, ਚਵਾਈ ਨੂੰ ਬਹੁਤ ਚੰਗੀ ਨਿਕਲੂਗੀ, ਢਿੱਲਾ ਢੁੱਲਾ ਦੱਸਦੀਆਂ ਆਰਡਰ ਨੇ, ਬਹੁਤ ਸੋਹਣਾ ਤਿਆਰ ਕਰਨਾ। ਦੁੱਧ ਪਿਛਲੇ ਸੂਏ ਦਾ ਵੀ ਬਾਈ ਨੇ ਦੱਸਿਆ ਚੰਗਾ ਪਾਇਆ, ਦੁੱਧ ਇਸ ਵਾਰ ਵੀ ਸਮੀ ਭਲੀ ਲੱਗਦੀ ਆ, ਦੁੱਧ ਚੰਗਾ ਪਾ ਦੂਗੀ। ਮੁੱਲ ਕੀ ਆ ਬਾਈ ਇਹਦਾ? ਮੁੱਲ ਜੀ ਲੈਣ ਦੇਣ ਵਾਲਾ ਹੀ ਆ, 57,000 ਦੀ ਵੱਛੀ ਦੇ ਦਾ। 57,000 ਰੁਪਇਆ ਮਾਨ ਥਣ ਹੁਜ ਵਿੱਚ? ਹੋ ਜੂ ਜੀ, ਹੋ ਜੂ। ਠੀਕ ਹੈ ਜੀ, 57,000 ਰੁਪਇਆ ਵੀਰ ਨੇ ਮੁੱਲ ਰੱਖਿਆ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ। ਚੰਗੀ ਆ ਬੈਡ, ਆਰਡਰ ਸੋਹਣਾ ਤਿਆਰ ਕਰਦੀ ਹੁੰਦੀ ਆ, ਦਿਨ ਹਜੇ ਲੈਂਦੀ ਆ, ਉਦੋਂ ਨੂੰ ਆਰਡਰ ਦੀ ਕੁਆਲਿਟੀ ਨੇ ਪੂਰੀ ਟੌਪ ਦੀ ਤਿਆਰ ਕਰਨੀ ਆ। ਇਹ ਢਿੱਲਾ ਢੁੱਲਾ ਡਾਕਟਰ ਬਹੁਤ ਆ ਜੀ। ਹਾਂ ਲੈ ਬਾਈ, ਢਿੱਲਾ ਬਹੁਤ ਪਈਆਂ, ਥਣ ਚੈੱਕ ਕਰੋ ਬਾਈ, ਮੁੱਠੀ ਵਾਲਾ ਥਣ ਲੱਗਿਆ, ਯਾਦ ਬਰੀਡ ਦੀ ਪੂਰੀ ਚੰਗੀ ਆ, ਤੇ ਮੁੱਲ ਇਹਦਾ 57 ਹਨਾ ਜੀ। ਹਾਂਜੀ ਹਾਂਜੀ। ਠੀਕ ਆ ਬਾਈ, ਅੱਗੇ ਬਾਈ 4 ਨੰਬਰ ਤੇ ਸੂਈ ਵੀ ਆ ਇਹ? ਇਹ ਸੂਈ ਆ ਜੀ। ਕਿਹੜਾ ਸੂਆ ਸੂਈ ਆ ਜੀ? ਇਹ ਦੂਜਾ ਸੂਆ ਸੂਈ ਆ। ਹਾਂਜੀ, ਇਹਦੇ ਮਗਰ ਵੱਛੀ ਆ ਜੀ। ਵੱਛੀ ਆ, ਆਹੀ ਖੜੀ ਆ ਵੱਛੀ ਸਾਹਮਣੇ, ਆ ਉਰਲੇ ਪਾਸੇ ਬਾਈ। ਹਾਂਜੀ ਹਾਂਜੀ। ਠੀਕ ਆ, ਵੱਛੀ ਚੰਗੀ ਆ ਨਾ ਬਾਈ? ਹਾਂਜੀ ਹਾਂਜੀ, ਠੀਕ ਆ, ਚੰਗੀ ਬਰੀਡ ਦੀ ਆ, ਬੱਚਾ ਮਗਰ ਬਾਈ, ਬੱਚੇ ਬੱਚੀ ਬਹੁਤ ਸੁਨੱਖੀ ਆ, ਦੇ ਸਕਦਾ ਨੇੜ ਤੋਂ, ਚੰਗੀ ਆ,
ਤੇ ਬੋਲਾ ਕਿੰਨਾ ਰੈਡੀ ਆ ਬਾਈ ਇਹਨੂੰ ਹੋ ਗਈ ਜੀ 6-7 ਦਿਨ ਹੋ ਗਏ ਸੀ ਸੂਈ ਨੂੰ ਹਾਂਜੀ ਮੇਲੇ ਦੇ ਵਾਲੇ ਚੱਲ ਪਈ ਹੈ ਜੀ ਹਾਂ ਮੇਲਾ ਗਰਮੀ ਕਰਕੇ ਹੈ ਕਿ ਨਹੀਂ ਠੀਕ ਹੈ ਹਾਂ 9-10 ਕਿਲੋ ਹੋਊਗਾ ਜੀ 9-10 ਕਿਲੋ ਬੋਲਾ ਠੀਕ ਹੈ ਕਿੰਨਾ ਕੁ ਦੁੱਧ ਕਰ ਜੂਗੀ ਦੇਖੋ ਜੀ ਬਾਕੀ ਸੇਵਾ ਦਾ ਵਾ ਸੇਵਾ ਤੇ ਆਪਾਂ ਕਹਿ ਦਈਏ 20 ਕਿਲੋ ਚਵਾ ਜੂਗੀ ਉਹ ਅਗਲਾ ਜਾ ਕੇ ਤੂੜੀ ਤੇ ਬੰਨ ਦੇਵੇ ਉਹਦਾ ਨਹੀਂ ਕੋਈ ਹੁੰਦਾ ਜੈਸਾ ਉਹਨਾਂ ਵੱਛੀ ਵੱਡੀ ਆ 16-17 ਕਿਲੋ ਦਾ ਪਾਉਣਾ ਚਾਹੀਦਾ ਜੀ ਆਰਾਮ ਨਾਲ ਪਾਉਣਾ ਚਾਹੀਦਾ ਹਾਂਜੀ ਬਾਕੀ ਅਗਲੇ ਦੀ ਸੇਵਾ ਦੇ ਸਿਰ ਤੇ ਬਾਕੀ ਸਾਮ ਸੰਭਾਲ ਤੇ ਡਿਪੈਂਡ ਹਾਂਜੀ ਸਹੀ ਗੱਲ ਆ ਚੰਗੀ ਆ ਬੜ ਸੂਈ ਸਵਾਈ ਬੱਚਾ ਮਗਰ ਵੱਛੀ ਬਹੁਤ ਸੁਨੱਖੀ ਆ ਜੇਰ ਜੂ ਰੋਕਿਆ ਦੀ ਓਕੇ ਜੀ ਸਾਰੀ ਡਨ ਆ ਜੇਰ ਜੂਰ ਵਗੈਰਾ ਡਨ ਆ ਬਾਈ ਪ੍ਰਿੰਟ ਪ੍ਰਿੰਟ ਵੱਛੀ ਦਾ ਬਹੁਤ ਚੰਗਾ ਚੰਗੀ ਆ ਯਾਦ ਬ੍ਰੀਡ ਦੀ ਥਣ ਲੈਵਾ ਸੋਹਣਾ ਤਿਆਰ ਕਰਿਆ ਵਾ ਬਾਕੀ ਸ਼ਾਮ ਤੱਕ ਕਟਰ ਦੀ ਕੁਆਲਿਟੀ ਨੇ ਵਧੀਆ ਤਿਆਰ ਕਰ ਲੈਣੀ ਆ ਕੀ ਮੁੱਲ ਆ ਬਾਈ ਇਹਦਾ ਇਹ 47,000 ਦੀ ਦੇ ਦਾਂਗੇ ਮਾਨਤਾਨ ਹੋ ਜੂ ਵਿੱਚੋਂ ਹੋ ਜੂ ਜੀ ਹੋ ਜੂ ਜਰੂਰ 47,000 ਰੁਪਿਆ ਵੀਰ ਨੇ ਮੁੱਲ ਰੱਖਿਆ ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜਰੂਰ ਹੋ ਜੂ ਚੰਗੀ ਆ ਬੜ ਕੁਆਲਿਟੀ ਵਾਲੀ ਆ ਥਣ ਲੈਵਾ ਸਾਫ ਆ ਬੱਚਾ ਹੀ ਬਾਈ ਮਗਰ ਬੱਚੀ ਆ ਬੱਚੀ ਵੀ ਪਾਲ ਜੂ ਚੰਗੀ ਹੈਗੀ ਸੋਹਣੀ ਆ ਬੱਚੀ ਮਗਰ ਮੁੱਲ ਇਹਦਾ 47,000 ਰੁਪਿਆ ਮਾਨਤਾਨ ਹੋ ਜੂਗਾ ਰਾਜੀ ਰੂਜੀ ਚੰਗੀ ਆ ਥਣ ਲੈਵੇ ਦੀ ਸਾਫ ਸੁਥਰੀ ਆ ਸੂਈ ਸਵਾਈ ਬਾਈ ਜੇਰ ਜੂਰ ਵਗੈਰਾ ਦੀ ਓਕੇ ਆ ਕਾੜੇ ਦਾ ਚੱਲ ਪੂਗਾ ਮੇਲਾ ਮੂਲਾ ਕੱਢੀ ਜਾਂਦੀ ਆ ਦੁੱਧ ਵੱਧ ਜੂਗੀ ਹੋਰ ਅੱਗੇ ਬਾਈ 5 ਨੰਬਰ ਤੇ ਵੀ ਸੂਈ ਵੀ ਆ ਹਾਂਜੀ ਹਾਂਜੀ ਕਿਹੜਾ ਸੂਆ ਸੂਈ ਇਹ ਪਹਿਲਾ ਸੂਆ ਸੂਈ ਹੈ ਜੀ ਪਹਿਲਾ ਸੂਆ ਜੀ ਇਹ ਆਪਣੇ ਕੋਲੇ ਅੱਜ ਹੀ ਆਈ ਹੈ ਨਾ ਕੱਲ ਆਈ ਹੈ ਜੀ ਕੱਲ ਆਈ ਹੈ ਠੀਕ ਹੈ ਜੀ ਇਹਦਾ 6-7 ਕਿਲੋ ਬੋਲਾ ਹੋਊਗਾ ਜੀ ਬੱਚਾ ਬਾਈ ਇਹਦਾ ਵੱਛੀ ਹੈ ਜੀ ਉਹ ਬੈਠੀ ਡੱਬੀ ਵੱਛੀ ਠੀਕ ਵੱਛੀ ਦਿਖਾਣੇ ਬਾਈ ਕਿਹੜੀ ਹੈ ਔਰਲੇ ਪਾਸੇ ਹਾਂਜੀ ਹਾਂਜੀ ਔਰਲੇ ਪਾਸੇ ਹੀ ਆ ਠੀਕ ਹੈ ਬੱਚਾ ਮਗਰ ਬੱਚੀ ਹੈ ਵੀ ਸੁਨੱਖੀ ਆ ਨਾ ਬਾਈ ਹਾਂਜੀ ਹਾਂਜੀ ਇਹ ਆ ਬਾਈ ਬੱਚੀ ਜਾਤ ਬ੍ਰੀਡ ਚੰਗੀ ਆ ਤੇ ਕਿੰਨੇ ਕੁ ਬੋਲੇ ਤੇ ਆ ਗਈ ਬਾਈ ਇਹ ਜੀ ਹਜੇ 6-7 ਕਿਲੋ ਆਈ 6-7 ਕਿਲੋ ਹਾਂਜੀ ਕਿੰਨਾ ਕੁ ਦੁੱਧ ਕਰ ਜੂਗੀ ਵੀ ਜੀ ਜੈਸਾ ਉਹਨਾਂ ਵੱਛੀ ਦਾ ਕਰਦਾ 11-12 ਕਿਲੋ ਤਾਂ ਚਾਹੀਦਾ ਆਰਾਮ ਨਾਲ ਬਾਕੀ ਜੀ ਬਾਲਾ ਨਹੀਂ ਆਪਾਂ ਕਹਿੰਦੇ 14-15 ਚੋ ਆ ਜੂਗੀ ਉਹ ਅਗਲੇ ਦੀ ਸੇਵਾ ਦੇ ਸਿਰ ਤੇ ਹੋਰ ਲਾ ਬਾਈ ਤੋਰ ਕੇ ਦਿਖਾ ਦਈਏ ਕੱਦ ਬੈੱਡ ਚੰਗਾ ਥਣ ਲੈਵਾ ਵੀ ਸਾਫ ਸੁਧਰਾ ਬਾਕੀ ਜਾਤ ਬ੍ਰੀਡ ਚੰਗੀ ਆ ਪ੍ਰਿੰਟ ਪ੍ਰਿੰਟ ਵੀ ਚੰਗਾ ਫੇਸ ਬਿਊਟੀ ਬਾਈ ਬਹੁਤ ਚੰਗੀ ਆ ਬੋਧੀ ਬੁੱਧੀ ਚੰਗੀ ਆ ਬਾਕੀ ਤੋਰ ਵਗੈਰਾ ਵੀ ਚੰਗੀ ਆ ਜੇਰ ਜੂਰ ਓਕੇ ਆ ਜੀ ਇਹਦੀ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਬਾਈ ਬੱਚਾ ਹੀ ਮਗਰ ਬੱਚੀ ਆ ਠੀਕ ਆ ਬੈੱਡ ਦੁੱਧ ਪਾ ਦੂਗੀ 10-11 ਲੀਟਰ ਆਰਾਮ ਨਾਲ ਹੀ ਪਾ ਲੈਣਾ ਇਹਨੇ ਥਾਣ ਥੁਣ ਬਹੁਤ ਚੰਗਾ ਬਈ ਚਵਾਈ ਦੀ ਚੰਗੀ ਹੋਊ ਹਨਾ ਜੀ ਓਲੀ ਆ ਜੀ ਚਵਾਈ ਜਮਾ ਠੀਕ ਆ ਬਈ ਮੁੱਲ ਕੀ ਆ ਦਾ ਜੀ ਮੁੱਲ ਜੀ ਲੈਣ ਦੇਣ ਵਾਲਾ ਜੀ 35,000 ਰੁਪਇਆ 35,000 ਰੁਪਇਆ ਮਾਨਤਾਨ ਹੋ ਜੂ ਵਿੱਚ ਕਰ ਦਾਂਗੇ ਜੀ ਕੋਈ ਗੱਲ ਠੀਕ ਆ 35,000 ਰੁਪਇਆ ਵੀ ਇਹਨੇ ਮੁੱਲ ਰੱਖਿਆ ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ ਚੰਗੀ ਆ ਬੜ ਤੋਰ ਵਗੈਰਾ ਚੰਗੀ ਆ ਸੂਈ ਸਵਾਈ ਬੱਚਾ ਹੀ ਮਗਰ ਬੱਚੀ ਆ ਤੇ ਬਈ ਦੁੱਧ ਚੰਗਾ ਪਾ ਦੂੰਗੀ ਨਾੜਾ ਨੂੜਾ ਦੱਸਦੀ ਆ ਥਾਣ ਥੁਣ ਬਹੁਤ ਚੰਗਾ ਨੇੜ ਤੋਂ ਚੈੱਕ ਕਰਵਾਉਂਦੇ ਆ ਆਦੇ ਸਨ ਆਰਡਰ ਦੀ ਕੁਆਲਿਟੀ ਬਾ ਕਮਾਲ ਦੀ ਆ ਬਾਈ ਠੰਡੀ ਆ ਪੂਰੀ ਹਾਂਜੀ ਹਾਂਜੀ ਪੂਰਾ ਪਾਣਿਆਣਾ ਪਾਈਏ ਜਾਂ ਨਾ ਪਾਈਏ ਓਕੇ ਬਾਈ ਅੱਗੇ ਵੀਰੇ 6 ਨੰਬਰ ਇਹ ਵੀ ਪਲੂਣ ਵੱਛੀ ਹੈ ਜੀ ਸੂਈ ਕਦੋਂ ਸੂਈ ਇਹਨੂੰ ਅੱਜ ਚੌਥਾ ਦਿਨ ਆਈ ਚੌਥਾ ਦਿਨ ਇਹਦੇ ਮਗਰ ਵੱਛਾ ਜੀ ਉਹ ਬੈਠਾ ਡੱਬਾ ਭਰਲਾ ਵੱਛਾ ਇਹਦੇ ਮਗਰ ਬਾਈ ਵੱਛਾ ਚੌਥਾ ਦਿਨ ਇਹਨੂੰ ਸੂਈ ਨੂੰ ਆ ਬੋਲਾ ਕਿੰਨਾ ਹਾਜ਼ਰਾ ਉਹ ਪਰਲਾ ਵੱਛਾ ਹਨਾ ਜਿਹੜਾ ਹਾਂਜੀ ਹਾਂਜੀ ਪਰਲਾ ਜੀ ਠੀਕ ਆ ਬਾਈ ਇਹਦਾ ਬੋਲਾ ਜੀ 9 ਵਜੇ 10 ਵਜੇ ਇੰਨਾ ਬੋਲਾ ਜੀ ਠੀਕ ਆ 10 ਕਿਲੋ 9 ਕਿਲੋ ਮੰਨ ਕੇ ਚੱਲੋ 10 ਵੀ ਹੋਇਆ ਕਈ ਵਾਰ ਕਿਲੋ ਅੱਧਾ ਕਿਲੋ ਘਟ ਵੀ ਸਕਦਾ ਦੁੱਧ ਕਿੰਨਾ ਕੁ ਪਾ ਦੋਗੇ ਦੁੱਧ ਜੀ ਜਿਸ ਹਿਸਾਬ ਨਾਲ ਵੱਛੀ ਆ ਉਸ ਹਿਸਾਬ ਨਾਲ ਚਾਹੀਦਾ ਇਹਨੂੰ 15-16 ਕਿਲੋ 15-16 ਕਿਲੋ ਤੇ ਬਾਕੀ ਜੀ ਅਗਲੇ ਦੀ ਸੇਵਾ ਦੇ ਓਕੇ ਬਾਈ ਖੋਲ ਲੋ ਤੋਰ ਕੇ ਦਿਖਾ ਦੋ ਚੰਗੀ ਆ ਵੱਛੀ ਯਾਦ ਬ੍ਰੀਡ ਚੰਗੀ ਆ ਸੂਈ ਸਵਾਈ ਜੇਰ ਵਗੈਰਾ ਓਕੇ ਦੀ ਓਕੇ ਜੀ ਓਕੇ ਡਨ ਠੀਕ ਆ ਬਾਈ ਫੇਸ ਬਿਊਟੀ ਬਾ ਕਮਾਲ ਦੀ ਆ ਬੋਦੀ ਬੋਦੀ ਚੰਗੀ ਆ ਸਮੀ ਭਲੀ ਆ ਬਾਈ ਦੁੱਧ ਚੰਗਾ ਪਾ ਦੂ 9-10 ਲੀਟਰ ਖੁੱਲਾ ਬੋਲਾ ਇਸ ਟਾਈਮ ਤਿਆਰ ਆ ਆਰਡਰ ਕਰ ਮਾਲੀ ਨੇ ਬਾ ਕਮਾਲ ਦਾ ਤਿਆਰ ਕਰਿਆ ਥਣ ਥੁਣ ਸੋਹਣਾ ਲੱਗਿਆ ਬਈ ਚਵਾਈ ਦੀ ਕਿਵੇਂ ਆ ਬਈ ਚਵਾਈ ਇੱਕ ਨੰਬਰ ਆ ਪੋਲੀ ਧਾਰ ਆ ਠੀਕ ਆ ਮਿੰਟ 5 ਲੱਗਦੇ ਜੀ ਚੋਣ ਨੂੰ ਹਾਂਜੀ ਹਾਂਜੀ ਠੀਕ ਆ ਬਈ ਮੁੱਲ ਕੀ ਆ ਬਈ ਇਹਦਾ ਇਹਦਾ ਮੁੱਲ ਜੀ ਆਪਾਂ ਲੈਣ ਦੇ ਨਾਲ 47,000 ਰੁਪਇਆ 47,000 ਇਹਦਾ ਬਣਾ ਇੱਥੇ ਐ ਛੱਡ ਕੇ ਦੇਖ ਲਓ ਜੇ ਬਣਾ ਹੀ ਧਾਰਾ ਮਾਰ ਬਈ ਬਾਈ ਨੇ ਰੱਸਾ ਸਿੜਤਾ ਉਹਦੀ ਧੌਣ ਤੇ ਥੱਲੇ ਬਹਿ ਗਿਆ ਧਾਰਾ ਮਾਰਤੀਆਂ ਵਾਹ ਵੀ ਵਾਹ ਬਈ ਜਿਵੇਂ ਮਰਜੀ ਬਾਈ ਵਿਹੜੇ ਦੇ ਵਿਚਾਲੇ ਖੜਾ ਕੇ ਬਾਈ ਕਹਿੰਦਾ ਭਾਈ ਚਵਾਈ ਐ ਹੀ ਨਹੀਂ ਯਾਰ ਕੋਈ ਪਹਿਲੇ ਵਾਲਾ ਦਾ ਹੈ ਹੀ ਨਹੀਂਗਾ ਕੋਈ ਨਹੀਂ ਹੈ ਨਹੀਂ ਆ ਲੈ ਪੂਰੀ ਮੌਜ ਨਾਲ ਖੜੀ ਆ ਬਾਈ ਕੂਨੀ ਆ ਬੱਚੀ ਘਰੇ ਰੱਖਣ ਵਾਲੀ ਵੜ ਆ ਚੰਗੀ ਆ ਮੁੱਲ ਕੀ ਆ ਬਾਈ ਇਹਦਾ ਇਹਦਾ 47,000 ਦੀ ਦੇ ਦਾਂਗੇ ਵੀਰ ਜੀ 47,000 ਰੁਪਏ ਮਾਨਤਾਨ ਹੋ ਜੂ ਵਿੱਚੋਂ ਮਾਨਤਾਨ ਤਾਂ ਜੀ ਕਰਨਾ ਹੀ ਪੈਣਾ ਵੇ ਬਾ ਠੀਕ ਆ ਬਾਈ 47,000 ਰੁਪਏ ਵੀਰ ਨੇ ਮੁੱਲ ਰੱਖਿਆ ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ ਚੰਗੀ ਆ ਬੜ ਬਾਈ ਸੂਈ ਸਵਾਈ ਜੇਰ ਵਗੈਰਾ ਓਕੇ ਤਿੰਨੀ ਬੈੜਾਂ ਬਈ ਸੂਈਆਂ ਸਵਾਈਆਂ ਜੇਰ ਜੂ ਰੋਕਿਆ ਇਹ ਬੱਚਾ ਇਹ ਦੋ ਮਗਰ ਬੱਚੀ ਇੱਕ ਮਗਰ ਬੱਚਾ ਤੇ ਆਹ ਵੀ ਗੱਭਣ ਬੈੜਾ ਚੰਗੀਆਂ ਨੇ ਬਈ ਦਿਨ ਹਜੇ ਲੈਂਦੀਆਂ ਆਰਡਰ ਸੋਹਣੇ ਤਿਆਰ ਕਰ ਲੈਣਗੀਆਂ ਦੁੱਧ ਚੰਗਾ ਪਾਉਣਗੀਆਂ ਤੇ ਮੁੱਲ ਵੀ ਬਾਈ ਦੇ ਜਾਏਗਾ ਬਾਕੀ ਮਾਨਤਾਨ ਹੋ ਜੂਗਾ ਵਿੱਚੋਂ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਤਾਂ ਭਰਾ ਨਾਲ ਕਨੈਕਟ ਕਰਕੇ ਖਰੀਦ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ।